Dai, bravi. لو اللهم كن لوليك الحجة لابن ناصر وليا وحافظا وقائد وناصر ارزق طوان وتمتع فيه يا مدبر الامور يا باعث من في القبور وليا الحديد لداود عليه السلام قلوب الحاضرين والجهل اللهم بحق يبوك لي الله يا رب الحسين بحق الحسين اشف صدر الحسين بالظهور الحجت جڑے بیٹھے ہو سرکار قائم دی ذات بلند تر صلوات نعرہ تکبیر کافی عزاداران مزروں میں کربلا تشریف فرما ہو مالک حقیقی دا نام سارا چاہو نعرے تکبیر اللہ اکبر نعرے رسالت یا رسول اللہ نعرے رسالت یا رسول اللہ نعرے حیدری تابوت نہیں برآمد ہو بادشاہ اچھا علی سرکار دے نام چاہن نال ایک تو ختم قرآن دا ثواب ہے دوسرا مالک پاک دے پاک نام چاہن نال ماں دا دامن صفا ہوندے سواسے سارے بولو تو اچھا بولو میں تم تکلیف نہیں دینی جو لمبیاں سلوات پڑھاوا تھی ایک سلوات پڑھو تو میں نوکری پیش کروں وکیل شبیر تے زینب دا حکم ہوئے میں پورا کروں وکیل حسین تے نہ سمجھا جو میں بند آندہ نہیں میں جتنی دیر دی ذاکری شروع کی تھی پڑھ دے دو فکریں میں برداشت نہیں کر سکتا اگلے جملے آج ہی آ رہے ہیں دو دن پیچھے ہٹ حسین دکھاں دا شہرے حسین دکھاں دا شہر ہے تے ہر شہر دا ایک دروازہ ہوندا ہے بابا جی جویں نبی علم دا شہر ہے تے علی اس دا دروازہ ہے پتہ نہیں جو حسین جو دکھاں دا شہر ہے شہر دے دروازے دا نام کیا ہے شہر دے دروازے دا نام ہے مسلم بن عقیل Oh.
ਕਿਆ ਬਾਤ ਹੈ ਤੁਹਾਡੀ, ਮਾਲਕ ਤੁਹਾਨੂੰ ਸਲਾਮਤ ਰੱਖੇ। ਹਜ ਨੂੰ ਉਮਰੇ 'ਚ ਤਬਦੀਲ ਕੀਤਾ ਨੇ ਇਹਦੇ ਨਾ, ਬਿਰਾ ਦੇ ਚਿਹਰੇ ਦੀ ਆਸ਼ਕ ਭੈਣ ਅਕਲ ਮਾਰ ਕੇ ਆਦੀ ਘਬਰਾ ਨਹੀਂ, ਇਹ ਜਿਹੜੇ ਤੇਰੇ ਨਾਲ ਹਨ ਨਾ ਇਹਨਾਂ ਨੂੰ ਆਖ ਜੋ ਜਿਹੜੀ ਸਾਡੀ ਮੰਜ਼ਲ ਹੈ ਨਾ ਉਸ ਮੰਜ਼ਲ 'ਤੇ ਮੈਂ ਆਲੀਆ ਦਾ ਖੈਮਾ ਹੋਸੀ, ਜਿਹੜਾ ਬੰਦਾ ਉਸ ਖੈਮੇ ਦੇ 7 ਚੱਕਰ ਲੈ ਸੀ 70 ਹੱਜਾ ਮਕਬੂਲਾ ਦਾ ਸਵਾਦ ਹੋ ਸੀ। ਅੱਛਾ ਆਵਾਜ਼ ਆਈ ਅਮਾਂ ਦੀ ਜਾਈ, ਤੂੰ ਹੈ ਸ਼ਰੀਕੇਕਾਰ, ਮੈਂ ਚਾਹੁੰਦਾ ਮੇਰੇ ਨਾਨੇ ਨਾਲ ਸਾਰੀ ਜ਼ਿੰਦਗੀ, ਹਿੱਕ ਮੇਰਾ ਬਾਬਾ ਅਲੀ ਹਾਈ ਜਿਹਦੇ ਤੋਂ ਪੂਰੀ ਕਾਇਨਾਤ ਡਰਦੀ ਹਾਈ, ਥੱਕਦੇ ਨਹੀਂ ਗਏ, ਹੋਰ ਜ਼ਿਆਦਾ ਜ਼ਿਆਦਾ 10 ਮਿੰਟ ਮੈਂ ਪੜ੍ਹ ਸਾਂ, ਇਸ ਤੋਂ ਜ਼ਿਆਦਾ ਤੁਹਾਨੂੰ ਕੋਈ ਨਹੀਂ ਪੜ੍ਹਨਾ। ਆਵਾਜ਼ ਆਈ ਤਾਂ ਮੇਰੇ ਨਾਲ ਹਨ 4 ਅਲੀ, 4 ਦੇ 4 ਕਰਬਲਾ ਗਏ, ਮੇਰਾ ਮਿਸ਼ਨ ਅਧੂਰਾ ਰਹਿ ਵੇ ਸੀ। ਆਲੀਆ ਵੇਖ ਕੇ ਦਿਨ ਘਬਰਾ ਨਹੀਂ, ਤਕਸੀਮ 'ਤੇ ਕਰ, ਕਿਵੇਂ ਕਰਾਂ, ਮੇਰੀ ਸਹਿਣ ਵੇਖ ਕੇ ਦੀ ਮੁਹੰਮਦ ਹਨਫੀਆ ਮਦੀਨੇ ਭੇਜ, ਸਿਰ ਚਾਲ ਵਾਸਤੇ ਮੁਸਲਮ ਬਿਨ ਅਕੀਲ ਨੂੰ ਕੂਫੇ ਭੇਜ। ਆਵਾਜ਼ ਹੀ ਪਿੱਛੇ ਰਹਿ ਗਏ 2 ਅਲੀ, ਇਹਨ ਵੀ ਵੱਡੇ ਗਯੂ, ਸਹਿਣ ਵੇਖ ਕੇ ਦੀ ਇੱਕ ਦਾ ਜ਼ਾਮਨ ਤੂੰ ਪੈ ਜਾ, ਬਈ ਦੀ ਜ਼ਾਮਨ ਮੈਂ ਪਾਉਂਦੀ ਹਾਂ। ਜ਼ਵਾਰ ਕਮਰ, ਜ਼ਵਾਰ ਕਮਰ ਅੱਗੇ ਆ ਯਾਰ, ਆ ਜਾ, ਕੋਈ ਗੱਲ ਨਹੀਂ, ਮਜਲਸੀ ਕੋਈ ਇਸ ਨਾਲ ਨਹੀਂ ਖਰਾਬ ਹੁੰਦੀਆਂ ਜੇ ਬੰਦੇ ਆਵਣ, ਜ਼ਾਕਰ ਹੈ ਸਰਕਾਰ ਦਾ, ਬਹੁਤ ਬੜਾ ਮਾਲਕ ਦਾ ਮਦਾ ਹੈ। ਹੁਣ ਜੀ ਥਾਬਲ ਸਾਹਿਬ ਮਿਹਰਬਾਨੀ ਕਰੇ ਸੋ, ਆ ਬਈ ਆ ਤੇਰੀ ਜ਼ਿੰਦਗੀ ਹੋਵੇ, ਸਲਾਹ ਪਸੰਦ ਆ ਗਈ। ਸੱਜਾਦ ਦਾ ਜ਼ਾਮਨ ਆਪ ਪੈ ਗਿਆ, ਅੱਬਾਸ ਦੀ ਜ਼ਾਮਨ ਉਹ ਪੈ ਗਈ ਜਿਹੜੀ ਬਾਬੇ ਦਾ ਆਈ ਨਾਈ ਬੋਲੇਂਦੀ। ਮੁੱਕ ਗਈ ਮੇਰੀ ਮਜਲਿਸ, ਮੁਹੰਮਦ ਹਨਫੀਆ ਮਦੀਨੇ ਮੇਰੇ ਮਾਲਕ ਬਾਹਰ ਵਾਲੇ ਦਰਵਾਜ਼ੇ 'ਤੇ ਆਏ, ਹਕਲ ਮਾਰ ਕੇ ਦਿਨ ਮੁਸਲਮ ਵੀਰ ਅੱਲਾ ਦੀ ਕਸਮ ਹੈ ਅਕੀਲ ਦਾ ਪੁੱਤਰ ਇੰਜ ਆਏ ਜਿਵੇਂ ਝਿੱਕ ਦਾ ਪਾਣੀ ਆਉਂਦਾ, ਹੁਸੈਨ ਦੇ ਕਦਮਾਂ 'ਤੇ ਹੱਥ ਲਾ ਕੇ ਆਉਂਦਾ, ਜੀ ਮੇਰਾ ਸਰਦਾਰ। ਆਵਾਜ਼ ਆਈ ਤੈਂ ਵੰਜਣੇ ਕੂਫੇ, ਵੇਖੇ ਹੁਣ ਮੈਂ ਲਫ਼ਜ਼ ਸ਼ੁਰੂ ਕਰ ਦਿੱਤੀ, ਬਾਤ ਸ਼ੁਰੂ ਕਰ ਦਿੱਤੀ, ਬਾਬਾ ਜੀ ਵੰਜਣੇ ਕੂਫੇ ਅਤੇ ਹੱਥ ਬੰਨ ਕੇ ਆਦੇ ਮਾਲਕ ਇਕੱਲੇ। ਆਵਾਜ਼ ਹੀ ਨਹੀਂ ਇਕੱਲੇ ਨਹੀਂ, 2 ਪੁੱਤਰਾਂ ਨੂੰ ਨਾਲ ਲੈ ਕੇ ਵੰਜਣੇ, 6 ਆਏ ਨਾ। ਆਵਾਜ਼ ਹੀ ਤਾਂ ਮਾਲਕ ਕਿਹੜੇ ਪੁੱਤਰ ਆਏ, ਮੈਂ ਸਦਕੇ ਜਾਵਾਂ ਕਿਹੜੇ ਪੁੱਤਰ, ਰੋਕਿਆ ਦਿਨ ਉਹ ਪੁੱਤਰ ਜਿਹੜੇ ਤੈਨੂੰ ਢੇਰ ਪਿਆਰੇ, ਨਸਲ ਵਾਲੇ ਕਿਆ ਬਾਤ ਹੈ, ਮਰਹਬਾ ਮਰਹਬਾ। ਆਵਾਜ਼ ਹੀ ਮੁਹੰਮਦ ਤੇ ਇਬਰਾਹੀਮ, 3 ਵਾਰੀ ਹੁਸੈਨ ਦਾ ਵਕੀਲ ਉੱਠਾ ਤੇ ਵਾਲਾ ਬੈਠਾ ਤੇ ਅਕਲ ਮਾਰ ਕੇ ਦੇ ਉਹਨਾਂ ਬਗੈਰ ਤੇ ਮਾਂ ਵੀ ਨਹੀਂ ਸਮਦੀ। ਕਿਆ ਬਾਤ ਹੈ, ਕਿਆ ਬਾਤ ਹੈ, ਮੈਂ ਬਿਸਮਿਲਾ ਕਰਾਂ, ਮੈਂ ਮੁੱਕੀ ਮੇਰੀ ਮਹਿਲਾ ਬਿਸਮਿਲਾ, ਉਹਨਾਂ ਦੇ ਬਗੈਰ ਮੈਂ ਬਿਸਮਿਲਾ, ਉਹਨਾਂ ਬਗੈਰ ਮਾਂ ਵੀ ਨਹੀਂ ਸਮਦੀ। ਮੈਂ ਸਦਕੇ ਜਾਵਾਂ ਖੈਮੇ ਚਾਹੇ ਤੇ ਅਕਲ ਮਾਰ ਕੇ ਦੇਣ, ਅੱਬਾਸ ਦੀ ਭੈਣ ਸਰਦਾਰ ਦਾ ਹੁਕਮ ਹੈ ਜੋ ਮੈਂ ਵਹਿੰਦਾ ਪਿਆ ਕੂਫੇ, 2 ਪੁੱਤਰ ਤਿਆਰ ਕਰ। ਆਵਾਜ਼ ਹੈ ਕਿਹੜੇ, ਆਵਾਜ਼ ਹੈ ਛੋਟੇ, ਵੇਖੇ ਮੈਂ ਇਧਰ ਹੱਥ ਬਦੀ ਖੜਾ, ਮੜੀ ਸੈਣ ਇਹ ਨਹੀਂ ਆਖਾ ਜੋ ਇਹਨਾਂ ਦੀ ਉਮਰ ਥੋੜ੍ਹੀ,
ਮਾਰਫਤ ਦੀਆਂ ਗੱਲਾਂ ਸੁਣਿਆ ਕਰੋ। ਜਲਦੀ ਦੇ ਨਾਲ ਹੱਥ ਬੰਨ ਕੇ ਆ ਦੀਏ, ਜੇ ਹੁਕਮ ਦਿੱਤਾ ਹੀ ਮੈਂ ਕੋ ਚੋਟੀਆਂ ਦੁਹਾਵਣ ਦੇਣਾ ਹੈ। ਬਿਸਮਿਲ੍ਲਾ, ਅੱਲਾ ਦੀ ਕਸਮ ਹੈ, ਅਲਮਾ ਵਾਲੇ ਦੀ ਪਾਕ ਭੈਣ ਨੇ ਪੁੱਤਰਾਂ ਦੀਆਂ ਚੋਟੀਆਂ ਦੁਹਾਈਆਂ, ਸੋਹਣੀ ਪੋਸ਼ਾਕ ਪਵਾਈ। ਹੁਣ ਮੈਂ ਵੇਖਣਾ ਜੋ ਕਿਹੜਾ ਬੰਦਾ ਹੈ ਜਿਹੜਾ ਮਕਾਨ ਦੇਵਣ ਆਏ। ਜਿੱਡਾ ਸੱਤ ਕਦਮ ਪਿਓ ਅਤੇ ਪੁੱਤਰਾਂ ਚਾਹੇ ਨਾ ਆਏ ਮਸਲ ਕੇ। ਜਲਾਲੀਆਂ ਵਾਲੇ ਦੀ ਭੈਣ ਜਲਦੀ ਦੇ ਨਾਲ ਜਨਾਬ ਮੁਸਲਮ ਦੇ ਸਾਹਮਣੇ ਆਈ, ਅੱਜ ਕਰਕੇ ਨਿਮਾਣ ਬਿਮਾਰ ਰਾਂਦੀ ਆਈ ਗਾਜ਼ੀ ਦੀ ਭੈਣ। ਹਿੰਦੁਸਤਾਨ ਦੇ ਮੁਆਰਖੀਨ ਨੇ ਜਿਹੜਾ ਜੁਮਲਾ ਲਿਖਿਆ ਉਹ ਮੈਂ ਪਕੜਦਾ, ਬਿਮਾਰ ਰਾਂਦੀ ਆਈ। ਹੱਥ ਬੰਨ ਕੇ ਆਦੀਏ, ਜੇ ਬਿਮਾਰ ਨਾ ਹੋਵਾ ਤੁਹਾਡੇ ਨਾਲ ਸਫ਼ਰ ਕਰਾਂ। ਕਿਆ ਬਾਤ ਹੈ ਮਾਲਕ, ਤੇਰੀ ਨਸਲ ਬਾਤ ਕਰੇ ਮੋਗੇ ਮੇਰੀ ਮਹਿਲਾ। ਆਵਾਜ਼ ਹੀ ਇੱਕੋ ਮਿੰਨਤ ਹੈ, ਇੱਕੋ ਮਿੰਨਤ ਹੈ, ਇੱਕੋ ਮਿੰਨਤ ਹੈ। ਆਵਾਜ਼ ਹੀ ਜਿਹੜੇ ਨਾਲ ਰਹਿੰਦੇ ਪਏ ਨੇ ਨਾ, ਵੱਡਾ ਤੇ ਵੱਡਾ ਹੈ ਨਾ, ਜਿਹੜਾ ਮੇਰਾ ਨਿੱਕਾ ਪੋਤਰ ਹੈ ਨਾ, ਇਹ ਨਾ ਖਾਣਾ ਖਾ ਸਕਦਾ, ਇਹ ਕੁੱਖ ਵੇਂਦੀ ਮੈਂ ਆ, ਇਹ ਨਾ ਚੋਲਾ ਪਾ ਸਕਦਾ, ਇੱਕ ਚੋਲਾ ਪਵੇਂਦੀ ਮੈਂ ਆ, ਲੈਂਦੀ ਮੈਂ ਇਹਨਾਂ ਦੀ ਪਾਰਤ ਹੋਵੀ। ਟੁੱਟਦੇ ਵੇਲੇ ਜਨਾਬ ਮੁਸਲਮ ਤੋ ਇਹੋ ਜਿਹੇ ਕੰਮ ਕੀਤੇ ਨੇ ਜਿਹਦੀ ਜ਼ਮਾਨੇ ਨੂੰ ਤਵੱਕੋ ਨਹੀਂ। ਦੱਸਾਂ ਕਿਹੜੇ ਕਿਹੜੇ ਕੰਮ? ਪਹਿਲਾ ਕੰਮ, ਬਾਬਾ ਜੀ ਜਿਹੜੇ ਸੈਯਦ ਬੈਠੇ ਹੋ ਹੱਥ ਵਧੀ ਖੜਾ, ਪਹਿਲਾ ਕੰਮ ਕੀਤਾ ਸੀ ਕੂਕਾ ਮਾਰ ਕੇ ਤੇ ਉੱਚਾ ਰੁਨਈ ਹੁਸੈਨ ਦਾ ਵਕੀਲ। ਇੱਕ ਸਾਹਬੀ ਵੇਖਿਆ ਤੇ ਹੈ ਹੁਸੈਨ ਦਾ ਵਕੀਲ, ਕੂਫੇ ਦੀਆਂ ਫੌਜਾਂ ਤੋਂ ਡਰ ਕੇ ਰੋਣਾ ਹੈ। ਅੱਖ ਚੱਕ ਪਾ ਕਿਹਾ ਦੇ ਨਾ, ਹਯਾ ਕਰ ਜੱਗੋਂ ਹੁਸੈਨ ਚੁਣੇ ਹੋ, ਡਰਦੇ ਨਹੀਂ ਵਤ ਰੋਂਦਾ ਕਿਉਂ ਹੈ। ਵੇਖਿਆ ਤੇ ਮੈਨੂੰ ਹੁਸੈਨ ਦੀ ਗੁਰਬਤ ਰੋਆਏ, ਹੁਸੈਨ ਦੀ ਕਿਹੜੀ ਗੁਰਬਤ ਰੋ ਕਿਆ ਦੇ, ਆ ਅੰਦਾਜ਼ਾ ਲਾ ਜਿਸ ਸਰਦਾਰ ਦੇ ਕਦਮਾਂ 'ਚ ਮੈਂ ਸਾਰੀ ਜ਼ਿੰਦਗੀ ਗੁਜ਼ਾਰੀ ਹੈ, ਉਸ ਸਰਦਾਰ ਨੂੰ ਛੋੜ ਕੇ ਮੈਂ ਸਫ਼ਰ 'ਤੇ ਵਹਿੰਦਾ ਪਿਆ। ਇਹ ਪਹਿਲਾ ਕੰਮ। ਥੱਕ ਤਾਂ ਨਹੀਂ ਗਏ? ਥੱਕ ਗਏ ਹੋ ਤਾਂ ਮੈਂ ਇੱਥੇ ਵੀ ਛੋੜ ਸਕਦਾ, ਮੇਰੀ ਜ਼ਾਕਰੀ ਫ਼ਰਕ ਕੋਈ ਨਹੀਂ ਆਉਣਾ, ਮੈਂ ਤਾਂ ਅਕੀਦੇ ਵਾਲਾ ਬੰਦਾ। ਹਾਂ ਮਾਲਕ ਤੁਹਾਨੂੰ ਸਲਾਮਤ। ਦੂਜਾ ਕੰਮ, ਤ੍ਰੈ ਵਾਰੀ ਟੁਰਨ ਅਤੇ ਵੱਤ ਵੱਲੇ ਵੱਤ ਟੁਰਨ ਅਤੇ ਵੱਤ ਵੱਲੇ ਹੁਸੈਨ ਵੀਰਾ ਦਾ ਮੱਥਾ ਚੁੰਮਾ, ਹਕਲ ਮਾਰ ਕੇ ਦਿਨ ਵੀਰੋਂ ਕੂਫੇ ਵੰਜਣ 'ਤੇ ਦਿਲ ਨਹੀਂ ਵੀ ਆਦਾ, ਸਫ਼ਰ ਡੇਂਦਾ ਹੋਸੇ, ਵੱਤ ਪੁੱਤਰ ਡੇਦਾ ਹੋਸੇ, ਸੁਚੇਂਦਾ ਹੋਸੇ ਜੋ ਇਹ ਤਾਂ ਟੁਰਨ ਦੇ ਹੇਲਕ ਨਹੀਂ, ਸਿਰ ਜਾਈ ਅੱਲਾ ਵਾਸਤੇ ਇਹ ਤਾਂ ਟੁਰਨ ਦੇ ਹੇਲਕ ਨਹੀਂ। ਕਦਮਾਂ 'ਤੇ ਹੱਥ ਲਾ ਕੇ ਦੇ ਮਾਲਕ ਇਹ ਗੱਲ ਨਹੀਂ, ਮੈਂ ਤੁਹਾਡੇ ਨਾਨੇ ਤੋਂ ਸੁਣੇ ਜੋ ਹਰ ਸ਼ਹੀਦ ਨਾਲੋਂ ਕਰਬਲਾ ਦੇ ਸ਼ਹੀਦ ਦਾ ਦਰਜਾ ਵੱਡਾ, ਮੈਂ ਚਾਹੁੰਦਾ ਜੋ ਮੈਂ ਕਰਬਲਾ ਸ਼ਹੀਦ ਹੋਵਾਂ, ਕੂਫੇ ਕੋਈ ਹੋਰ ਸ਼ਹੀਦ ਹੋਵੇ। ਹੁਸੈਨ ਵੇਖਿਆ ਤੇ ਮੈਨੂੰ ਸੁਝਾਨ ਨਜ਼ਾਰਾ ਦਾ ਬਚਦਾ, ਵਾਅਦਾ ਕਰਦਾ ਤੂੰ ਕੂਫੇ ਸ਼ਹੀਦ ਹੋ, ਤੇਰਾ ਸ਼ੁਮਾਰ ਕਰਬਲਾ ਦੇ ਸ਼ਹੀਦਾਂ 'ਚੋਂ ਸੀ। ਰੋਕਿਆ ਦੇ ਕਰੀਮ ਦਾ ਕਰੀਮ ਬਚੜਾ ਤਾਂ ਮੈਂ ਕਿਵੇਂ ਪਤਾ ਲੱਗ ਸੀ। ਅਲਾਮਾ ਗੁਲਾਮ ਹਸਨੈਨ ਕੰਤੂਰੀ ਲਿਖਿਆ, ਜਿਹੜਾ ਡਾਹਵੀਂ ਡੱਡੀ ਗਰੀਬ ਇਕੱਲਾ ਰਹਿ ਗਿਆ ਨਾ, ਨਾ ਅਕਬਰ ਨੂੰ ਸਾਡਾ ਸੀ, ਨਾ ਗਾਜ਼ੀ ਨੂੰ ਬੁਲਾਇਆ ਸੀ, ਇਵੇਂ ਕੂਫੇ ਦਰ ਵੇਖਿਆ ਤੇ ਐਨ ਮੁਸਲਮ ਬਿਨ ਅਕੀ, ਤੇਰੀ ਮਰਜ਼ੀ ਹੋਵੇ ਤਾਂ ਐਨ ਹਾਨੀ ਬਿਨ ਉਰਵਾ। ਔਰ ਮੈਂ ਇਹ ਰਿਵਾਇਤ ਪੜ੍ਹੀ ਹੈ, ਜਿਹੜਾ ਮੇਰੇ ਮਾਲਕ ਅਕਲ ਮਾਰੀ ਕੂਫੇ 'ਚੋਂ ਜਨਾਬ ਮੁਸਲਮ ਦੀ ਲਾਸ਼ 'ਚੋਂ ਆਵਾਜ਼ ਆਈ, ਲੱਬੈਕ ਯਾ ਹੁਸੈਨ। ਮੁੱਗੇ ਮੇਰੀ ਮਜਲਿਸ 15 ਰਮਜ਼ਾਨ ਨੂੰ ਟੁਰੇ, ਕਦੋਂ ਟੁਰੇ? ਇਹ ਗੱਲਾਂ ਯਾਦ ਕਰਨ ਵਾਲੀਆਂ ਜੇ ਸ਼ੀਆਂ ਹੋ, ਕਦੋਂ ਟੁਰੇ? 15 ਰਮਜ਼ਾਨ ਨੂੰ ਟੁਰੇ ਅਤੇ 2 ਸ਼ਵਾਲ ਨੂੰ ਪਹੁੰਚੇ, 20 ਦਿਨ ਲੱਗੇ ਸੀ ਕੂਫੇ ਦੇ ਆਉਂਦਿਆਂ ਤੱਕ। ਸਫ਼ਰ ਥੋੜ੍ਹਾ ਜ਼ਵਾਰ ਜੀ, ਟਾਈਮ ਜ਼ਿਆਦਾ ਕਿਉਂ ਲੱਗਾ? ਸੈਯਦ ਆ ਨਾ ਸਰ ਜਾਈ, ਸਫ਼ਰ ਥੋੜ੍ਹਾ ਹਾ ਬਾਬਾ ਜੀ, ਟਾਈਮ ਜ਼ਿਆਦਾ, ਮੇਰਾ ਖਿਆਲ ਹੈ ਸੰਗਤੀ ਥੱਕ ਪਾਉਂਦੇ ਹੋ ਸਰ। ਕਈ ਵੇਲੇ ਵੱਡਾ ਦਾਵਾ ਨਪ ਕਿਆ ਦੇ ਬਾਬਾ ਮੈਂ ਥੱਕ ਪਿਆ, ਕਈ ਵੇਲੇ ਨਿੱਕਾ ਦਾਵਾ ਨਪ ਕਿਆ ਦੇ ਬਾਬਾ ਮੈਂ ਥੱਕ ਪਿਆ।
ਬਿਸਮਿਲਲਾ ਮੁੱਕ ਗਈ ਮੇਰੀ ਮਜਲਿਸ। ਦੋ ਸ਼ਵਾਲ ਨੂੰ ਕੂਫੇ ਪਹੁੰਚੇ, 80,000 ਕੂਫੀ ਹੁਸੈਨ ਦੇ ਵਕੀਲ ਦੀ ਬਾਇਤ ਕੀਤੀ। ਔਖਾ ਮਜ਼ਮੂਨ ਹੈ, ਸਾਰੇ ਬੰਦੇ ਨਹੀਂ ਨਾ ਪੜ੍ਹਦੇ। 80,000 ਕੂਫੀ ਹੁਸੈਨ ਦੇ ਵਕੀਲ ਦੀ ਬਾਇਤ ਕੀਤੀ। ਅੱਲਾ ਤੇਰੀ ਜ਼ਿੰਦਗੀ ਕਰੇ। ਮਗਰ ਜਿਹੜਾ 7 ਜ਼ਿਲਹਜ ਦੀ ਮਗਰਬੈਨ ਦੀ ਨਮਾਜ਼ ਹੁਸੈਨ ਦੇ ਵਕੀਲ ਪੜ੍ਹਾਈਏ ਨਾ, ਤੇ ਮੁਸਾਫਿਆ ਵਾਸਤੇ ਪਿੱਛੇ ਡਿੱਠਾ ਸੀ, ਮਾਫੀ ਦੇਵੇ, ਪੂਰੀ ਮਸਜਿਦ ਖਾਲੀ ਆਈ ਸਿਵਾਏ ਡੂੰ ਪੁੱਤਰਾਂ ਦੇ। ਮੈਂ ਮਰ ਨਾ ਜਾਵਾਂ, ਮਸਜਿਦ ਦੀ ਦੀਵਾਰਾਂ ਦੇ ਨਾਲ ਹੁਸੈਨ ਦੇ ਵਕੀਲ ਦੇ ਮੱਥਾ ਲਗਾਏ, ਪੁੱਤਰਾਂ ਨੂੰ ਨਾਲ ਲੈ ਕੇ ਵੇਖੇ। ਮੈਂ ਜੁਮਲਾ ਉਹ ਪਿਆ ਪੜ੍ਹਨਾ ਜਾਂਦੇ ਤੇ ਮੋਹਰੇ ਮੇਰੀ ਸੈਣ ਦੀ, ਅੱਲਾ ਦੀ ਕਸਮ ਹੈ, ਪੁੱਤਰਾਂ ਨੂੰ ਨਾਲ ਲੈ ਕੇ ਹਰ ਗਲੀ ਵਿੱਚ ਗਿਆ, ਕੋਈ ਗਲੀ ਬਾਜ਼ਾਰ ਨਾ ਹੀ ਜਾਂਦਾ ਦਰਵਾਜ਼ਾ ਬੰਦ ਨਾ ਹੋਇਆ ਹੋਵੇ। ਹਰ ਕਈ ਬਨੇ ਜ਼ਿਆਦ ਦੇ ਡਰ ਤੋਂ ਦਰਵਾਜ਼ੇ ਬੰਦ ਕੀਤੇ। ਜਿੱਦਾਂ ਵਸਦੇ ਆਏ ਨਾ ਅਲੀ ਸਰਕਾਰ ਦੀ ਸ਼ਾਹੀ ਆਈ ਤਾਂ ਸਦਕ ਅਤੇ ਮੇਰੇ ਮਾਲਕ ਦਾ ਇੱਕ ਦੋਸਤ ਆ ਜਾਂਦਾ, ਨਾਮ ਹਾਈ ਸ਼ੁਰਾਏ, ਕਿ ਸ਼ੁਰਾਏ ਕਾਜ਼ੀ ਬਾਅਦ 'ਚ ਬਣੇ। ਅੱਧੀ ਰਾਤ ਦਾ ਟਾਈਮ ਹੈ, ਗਲੀਆਂ ਪਹਿਲੇ ਫਿਰਦੇ ਰਹੇ, ਦਰਵਾਜ਼ਾ ਕਹੀਂ ਨਾ ਖੋਲ੍ਹਾ। ਕਾਜ਼ੀ ਦੇ ਦਰਵਾਜ਼ੇ 'ਤੇ ਆਏ ਅਤੇ ਮੇਰੇ ਮਾਲਕ ਹਕਲ ਮਾਰ ਕੇ ਦਿਨ, ਕਾਜ਼ੀ ਦਰਵਾਜ਼ਾ ਖੋਲ੍ਹ। ਵੇਖੀ ਮੈਂ ਤਾਂ ਰੋਣ, ਮੈਂ ਬਿਲਕੁਲ ਵਹਿਣ ਦੇ ਕਰੀਬ ਆ ਗਿਆ। ਦਰਵਾਜ਼ਾ ਖੋਲ, ਅੰਦਰ ਆ ਕੇ ਖੋਲ੍ਹਾ ਨਹੀਂ, ਵੀਲਕ ਵਿੱਚ ਡਿੱਠਾ ਸੀ, ਜੋ ਇਹ ਤਾਂ ਹੁਸੈਨ ਦਾ ਵਕੀਲ ਮੁਸਲਮ ਬਿਨ ਅਕੀਲ ਏ, ਇਹ ਤਾਂ ਮੇਰਾ ਦੋਸਤ ਹੈ। ਮੇਰੇ ਮਾਲਕ ਵੇਖਿਆ ਦਿਨ, ਮੈਂ ਇਹ ਵੀ ਜਾਣਦਾ ਤੂੰ ਮੈਨੂੰ ਪਹਿਚਾਣ ਕੀਤਾ, ਲੇਕਿਨ ਦਰਵਾਜ਼ਾ ਖੋਲ ਯਾ ਜ਼ਹਰਾ ਯਾ ਸੈਯਦਾ। ਇਹ ਕਾਜ਼ੀ ਵੇਖਿਆ ਤਾਂ ਠੀਕ ਹੈ ਤੂੰ ਮੇਰਾ ਦੋਸਤ ਰਹੇ, ਲੇਕਿਨ ਮੇਰੀ ਮਜਬੂਰੀ ਹੈ, ਮੈਂ ਦਰਵਾਜ਼ਾ ਨਹੀਂ ਖੋਲ੍ਹਣਾ। ਹੁਸੈਨ ਦਾ ਵਕੀਲ ਵੇਖਿਆ ਤਾਂ ਮੈਂ ਤੇਥੋਂ ਜ਼ਰ ਦੌਲਤ ਮੰਗਦਾ ਨਹੀਂ, ਮਿਹਰਬਾਨੀ ਕਰ ਇੱਕ ਲਾਜ਼ਾ ਦਰਵਾਜ਼ਾ ਖੋਲ੍ਹ, ਮੇਰੇ ਨਾਲ ਹਨ ਦੋ ਬਛੜੇ, ਇੱਕ ਦਾ ਇੱਕ ਮਿੰਟ ਇਹਨਾਂ ਮੇਰੇ ਪੁੱਤਰਾਂ ਨੂੰ ਵਿਹੜੇ 'ਚ ਖਲਾ। ਉਹ ਜਿਹੜਾ ਮੈਂ ਗੱਲੀ ਦਾ ਮੋੜ ਕੱਟ ਵੈਸਾ ਨਾ ਥੱਕਣਾ ਯਾਰ, ਅੱਲਾ ਵਾਸਤੇ ਆਇਆ ਤਾਂ ਕਰ ਛੱਡਣਾ, ਬੇਸ਼ੱਕ ਮੇਰੇ ਪੁੱਤਰਾਂ ਨੂੰ ਛੋੜ ਦੇਵੇ। ਬਸ ਬਈ ਜ਼ਿੰਦਗੀ ਦੀ ਛੇਕੜੀ ਰਾਤ ਤਵਾ ਮਜ਼ਦੂਰ ਦੇ ਘਰ 'ਚ ਗੁਜ਼ਾਰੀ ਜਾ ਰਹੀ, ਅੱਛਾ ਬਿਸਤਰ ਅੱਛਾ ਖਾਣਾ। ਜਿੱਦਾਂ ਹੋਈ ਨਾ ਧੰਮੀ, ਤਵਾ ਹੁਸੈਨ ਦੇ ਵਕੀਲ ਦੇ ਕਦਮ 'ਤੇ ਡੱਠੀ। ਮੋਗੀ ਮੇਰੀ ਮਜਲਿਸ, ਤਰੇ ਵਹਿਣ ਅਤੇ ਦੁਆ, ਹੱਥ ਬੰਨ ਕੇ ਆਦੀ, ਮਾਲਕ ਮੈਂ ਘਰ 'ਚੋਂ ਅੱਛੇ ਤੋਂ ਅੱਛਾ ਬਿਸਤਰ ਵੀ ਦਿੱਤਾ ਹੈ, ਖਾਣਾ ਵੀ ਚੰਗਾ ਦਿੱਤਾ ਹੈ, ਮੇਰਾ ਖਾਣਾ ਅਤੇ ਬਿਸਤਰ ਪਸੰਦ ਨਹੀਂ ਵਿਆ ਆ। ਸਾਰੀ ਰਾਤ ਰੋਂਦੇ ਗੁਜ਼ਾਰੀ ਨੇ, ਅਤੇ ਕਹਿੰਦੇ ਨਹੀਂ ਤਵਾ ਇਹ ਗੱਲ ਨਹੀਂ, ਇੱਕ ਵਾਰੀ ਮੈਂ ਕੋਈ ਨਿੰਦਰ ਆਈਏ, ਮੇਰੀ ਅੱਖ ਲੱਗੀ, ਇਹ ਮੇਰੇ ਕੋਲ ਸੱਜਣ ਆ ਕੇ ਮਿਲਦੇ ਰਹਿ ਗਏ, ਪਹਿਲੇ ਮੇਰੇ ਕੋਲ ਨਬੀ ਮਿਲਦਾ ਹੈ, ਵੱਧ ਮੇਰੇ ਕੋਲ ਅਲੀ ਮਿਲਦਾ ਹੈ, ਵੱਧ ਮੈਂ ਹੁਸੈਨ ਦੇ ਡੁੱਖੇ ਪਾਸੇ ਵਾਲੀ ਮਾਂ, ਸਦਕੇ ਜਾਵਾਂ ਤੁਹਾਡੀ ਨਸਲ ਆਬਾਦ ਹੋਵੇ। ਮੈਂ ਬਿਸਮਿਲਾ ਕਰਾਂ, ਤਵਾ ਅਤੇ ਹੁਸੈਨ ਦੇ ਵਕੀਲ ਦੀਆਂ ਗੱਲਾਂ ਹੋ ਰਹੀਆਂ ਹਨ, ਜਾਂ ਅਚਾਨਕ ਬਾਜ਼ਾਰ 'ਚ ਘੋੜੇ ਦੇ ਟਾਪਾਂ ਦੀ ਆਵਾਜ਼। ਇਹ ਜ਼ਈਫਾ ਵੇਖਿਆ ਦੀ, ਮਾਲਕ ਮੈਂ ਬੁਲਦੀਆਂ ਜਾਂ ਬਾਜ਼ਾਰ 'ਚ ਫੌਜ ਆ ਗਈ, ਆਵਾਜ਼ ਆਈ ਫੌਜ ਨਹੀਂ ਆਈ, ਮੇਰੀ ਜ਼ਿੰਦਗੀ ਮੁੱਕ ਗਈ। ਹੱਥ ਬਣ ਕੇ ਆਦੇ ਮੌਲਾ ਏਡਾ ਸੌ, ਮੈਂ ਤੁਹਾਡੀ ਮਦਦ ਕਿਆ ਕਰਾਂ, ਆਵਾਜ਼ ਆਈ ਮਦਦ ਦੀ ਲੋੜ ਨਹੀਂ, ਜੇ ਸ਼ੋਕ ਹੋਈ ਆਸ਼ਮੀ ਲੜਦੇ ਕਿਵੇਂ, ਆਵਾਜ਼ ਆਈ ਹੈ ਤੂੰ ਮਕਾਮ ਦੀ ਛੱਤ ਚੜ, ਮੈਂ ਬੇਗੈਰਤਾਂ ਦੇ ਨਾਲ ਜੰਗ ਕਰੇ ਨਾ, ਮਿੰਬਰ ਦੀ ਕਸਮ ਏ ਬਾਜ਼ਾਰ 'ਚ ਹੁਸੈਨ ਹੱਥ ਛੋੜੀ ਹੱਥ ਛੋੜੀ, ਹੁਸੈਨ ਦਾ ਵਕੀਲ ਆਏ, ਪਹਿਲਾ ਹਮਲਾ ਕੀਤਾ ਸੀ, ਦੂਜਾ ਹਮਲਾ ਕੀਤਾ ਸੀ, ਤੀਜਾ ਮੇਰਾ ਅੱਲਾ ਭਾਵੇਂ ਕੱਲਾ ਹੈ ਤਾਂ ਹਾਸ਼ਮੀ ਆਵਾਜ਼ ਆਈਏ।
ਬਿਸਮਿਲਾ ਕਰਾਂ, ਮੈਂ ਬਿਸਮਿਲਾ ਕਰਾਂ। ਇਹ ਕਮੀ ਨੇ ਤੀਰ ਮਰੇ ਮੇਰੇ ਮਾਲਕ ਦਾ, ਉਤਲਾ ਹੋਣ ਸ਼ਹੀਦ ਹੋਏ। ਵੇਖੇ ਮੈਦਰ ਵੇਖੇ ਮੈਦਰ, ਦੂਜੇ ਜ਼ਾਲਮ ਤੀਰ ਮਾਰਾ ਹੈ, ਤਲਵਾ ਹੋਣ ਸ਼ਹੀਦ ਹੋਏ। ਮਿੰਬਰ ਦੀ ਕਸਮ ਹੈ, ਉੱਠਦਾ ਤਬਾਂਦਾ ਵਧਾ, ਕਮੀ ਨੇ ਕੜੀਆਂ ਪਾਈਆਂ ਨਾ, ਦਰਬਾਰ ਚ ਲੈ ਕੇ ਆਏ, ਦਰਬਾਰ ਚ ਉਸ ਵੇਲੇ ਆਏ, ਦਰਬਾਰ ਚ ਕੋਈ ਜਾ ਖਾਲੀ ਨਾ ਆਏ। ਕਮੀ ਨੇ ਸਹੀ ਅਦਾ